ਕੱਲ੍ਹ ਸਾਨੂੰ ਇੱਕ ਮੁਖਬਰੀ ਮਿਲੀ ਸੀ ਕਿ ਕੁਝ ਵਿਅਕਤੀ ਜਿਹੜੇ ਹੈਗੇ ਆ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕ 'ਚ ਹਨ ਅਤੇ ਡਾਕੇ ਦੀ ਫਰਾਕ 'ਚ ਹਨ, ਜਿਸ ਦੇ ਤਹਿਤ ਅਸੀਂ ਮੁਖਬਰੀ 'ਤੇ ਇੱਕ BNS ਦੀਆਂ ਅਲੱਗ ਅਲੱਗ ਧਾਰਾਵਾਂ ਜਿਵੇਂ ਕਿ 303, 310 ਜੈਂਡਰ ਪਰਚਾ ਦਰਜ ਕੀਤਾ ਸੀ 5 ਬੰਦਿਆਂ ਦੇ ਅਗੇਂਸਟ। ਫਿਰ ਜਦੋਂ ਸਾਡੀ ਟੀਮ ਨੇ ਉਹਨਾਂ ਨੂੰ ਫੜਿਆ ਅਤੇ ਉਹਨਾਂ ਕੋਲ ਜਿਹਨੂੰ ਕਿ ਕਹਿੰਦੇ ਆ ਸਾਨੂੰ ਕੁਝ ਚੀਜ਼ਾਂ ਬਰਾਮਦ ਹੋਈਆਂ ਜਿਹੜੀਆਂ ਕਿ ਉਹਨਾਂ ਦੀ ਪੁੱਛ ਪੜਤਾਲ ਤੋਂ ਪਤਾ ਲੱਗਾ ਕਿ ਇਹ ਜੇਲ੍ਹ 'ਚ ਫੇਂਕਾ ਵੀ ਕਰਦੇ ਨੇ, ਅਤੇ ਉਹ ਫਿਰ ਅਸੀਂ ਉਹ ਚੀਜ਼ਾਂ ਕਿਉਂਕਿ ਜੇਲ੍ਹ 'ਚ ਫੇਂਕਾ ਕਰਦੇ ਅਸੀਂ ਜੇਲ੍ਹ ਐਕਟ ਦੀ ਧਾਰਾ ਦਾ ਫਿਰ ਵਾਧਾ ਕੀਤਾ। ਫਿਰ ਇਸ ਹੀ ਇੱਕ ਦੋਸ਼ੀ ਵੀ ਉਹਨਾਂ ਦੀ ਪੁੱਛਗਿੱਛ 'ਤੇ ਜਾਣੀ ਕਿ ਇੱਕ ਨੋਮੀਨੇਟ ਵੀ ਕੀਤਾ, ਯਾਨੀ ਕਿ ਕੁੱਲ 6 ਵਿਅਕਤੀ ਹੋ ਗਏ, 5 ਜਿਹੜੇ ਤੁਸੀਂ ਇਹ ਕਹਿੰਦੇ ਹੋ। ਅਤੇ ਉਹ ਜਿਹੜੇ ਬੰਦੇ ਜਿਹੜੇ ਅਸੀਂ ਫੜੇ ਨੇ ਉਹ ਜਿੱਦਾਂ ਉਹਨਾਂ ਕੋਲ 2 ਮੋਟਰਸਾਈਕਲਾਂ 'ਤੇ ਆਏ ਸੀ, ਕਾਪੇ ਸੀ ਉਹਨਾਂ ਕੋਲ, ਉਹ ਚੀਜ਼ਾਂ ਮਿਲੀਆਂ, ਅਤੇ ਬਾਕੀ ਜਿਹੜਾ ਫੈਂਕਾ ਕਰਨ ਆਏ ਸੀ ਉਹ ਅਸੀਂ ਰਿਕਵਰ ਕੀਤਾ ਜੀ। ਸਰ, ਜੇਲ੍ਹ 'ਚੋਂ ਜਿਹੜੀ ਫੈਂਕਾ ਰਿਕਵਰ ਹੋਇਆ, ਕੀ ਕੁਛ ਹੋਇਆ, ਇਹ ਉਹਦੇ ਨਾਲ ਜੁੜੇ ਹੋਏ ਨੇ? ਕੋਈ ਕੁਝ ਜਿੱਦਾਂ ਹੁਣ ਕੱਲ੍ਹ ਜਿਹੜਾ ਬੀਤਾ, ਕੱਲ੍ਹ ਜੇਲ੍ਹ ਵਾਲਿਆਂ ਨੂੰ ਵੀ ਫੈਂਕੇ ਕੁਝ ਮਿਲੇ ਸੀ, ਜਿਸ ਦੇ ਚੱਲਦੇ ਉਹਨਾਂ ਨੇ ਪਰਚੇ ਵੀ ਦਰਜ ਕਰਾਏ ਨੇ। ਉਹਨਾਂ ਨੇ ਸਵੇਰੇ ਜਦੋਂ ਬੰਦੀ ਉਹਨਾਂ ਦੀ ਖੋਲ੍ਹਦੀ ਹੈ ਅਤੇ ਦੁਪਹਿਰ ਵੇਲੇ ਚੈਕਿੰਗ ਕੀਤੀ ਹੈ, ਉਹਨਾਂ ਨੂੰ ਕੁੱਲ 24 ਫੈਂਕੇ ਜਿਹੜੇ ਕੀ ਹੈ ਮਿਲੇ ਸੀ, ਜਿਸ 'ਚ ਵੀ ਕੂਲ ਲਿਪ, ਤੰਬਾਕੂ ਦੇ ਪੈਕਟ, ਬੀੜੀ, ਸਿਗਰਟ ਅਤੇ ਜਿਹੜੇ ਕੀਪੈਡ ਦੇ ਮੋਬਾਈਲ ਸੀ। ਅਤੇ ਹੁਣ ਅਸੀਂ ਜਾਂਚ ਕਰ ਰਹੇ ਹਾਂ ਕਿ ਜੇ ਜਿਹੜੇ ਉਹਨਾਂ ਨੂੰ ਜੇਲ੍ਹ ਵਾਲਿਆਂ ਨੂੰ ਅੰਦਰ ਫੈਂਕੇ ਮਿਲੇ ਨੇ ਉਹ ਇਹੀ ਗੈਂਗ ਤਾਂ ਨਹੀਂ ਕਰਦਾ, ਇਹ ਬੰਦੇ ਸਾਰੇ ਜਿੱਦਾਂ ਕੀ ਹੈਗੇ ਕੁਝ ਬੰਦੇ ਮੋਗੇ ਨਾਲ ਵੀ ਸੰਬੰਧ ਰੱਖਦੇ ਨੇ, ਉਸ ਚੀਜ਼ ਦੀ ਤਫਤੀਸ਼ ਹੋ ਰਹੀ ਹੈ ਕਿ ਉਹਦੇ 'ਚ ਇਹ ਫੈਂਕੇ ਉਹਨਾਂ ਨੂੰ ਹੀ ਨਾ ਕੀਤੇ ਗਏ ਹੁਣ ਜਾਂ ਉਸ ਗੈਂਗ ਨਾਲ ਸੰਬੰਧ ਨਾ ਰੱਖਦੇ ਹੁਣ ਜਿਹੜਾ ਇਹ ਕੰਮ ਕਰਦਾ ਵੀ ਅੰਦਰੋਂ ਜੇਲ੍ਹ ਤੋਂ ਵੀ ਮੋਬਾਈਲ ਬਰਾਮਦ ਹੋਏ। ਹਾਂਜੀ ਹਾਂਜੀ, ਜਿੱਦਾਂ ਮੈਂ ਦੱਸਿਆ ਕਿ ਉਹਨਾਂ ਨੇ ਕੱਲ੍ਹ ਜਦੋਂ ਬੰਦੀ ਖੋਲ੍ਹਦੀ ਹੈ ਜੀ ਰੋਜ਼, ਉਹਨਾਂ ਨੇ ਕੱਲ੍ਹ ਜਦੋਂ ਬੰਦੀ ਖੋਲ੍ਹਣ ਤੋਂ ਪਹਿਲਾਂ ਸਵੇਰੇ ਚੈਕਿੰਗ ਕੀਤੀ ਸੀ, ਫਿਰ ਦੁਪਹਿਰ ਵੇਲੇ ਫਿਰ ਕੀਤੀ ਸੀ, ਉਹਦੇ 'ਚ ਕੁੱਲ 24 ਫੈਂਕੇ ਉਹਨਾਂ ਨੂੰ ਬਰਾਮਦ ਹੋਏ ਸੀ, ਜਿਸ 'ਚ ਮੋਬਾਈਲ ਫੋਨ ਸਨ, ਕੂਲ ਲਿਪ ਸੀ, ਬੀੜੀ ਸਿਗਰਟ ਸੀ, ਤੰਬਾਕੂ ਸੀ ਉਹ। ਹੁਣ ਕੀ ਕਾਰਵਾਈ ਕਰੀ? ਹੁਣ ਜੀ ਅਸੀਂ ਤਫਤੀਸ਼ ਕਰ ਰਹੇ ਹਾਂ ਕਿ ਇਹ ਜਿਹੜੇ ਬੰਦੇ ਫੈਂਕੇ ਆ ਇਹਨਾਂ 'ਚ ਹੋਰ ਕਿਹੜੇ ਕਿਹੜੇ ਮੁਲਵਜ਼ ਨੇ, ਕਿੱਥੋਂ ਲੈ ਕੇ ਆਉਂਦੇ ਨੇ, ਅਤੇ ਇਹਨਾਂ ਦਾ ਮੋਡਸ ਆਪਰੈਂਡੀ ਕੀ ਹੈਗਾ। ਸਰ, ਕੁੱਲ ਕਿੰਨੇ ਬੰਦੇ ਆ ਜੀ ਇਹ? ਇਹ ਕੁੱਲ 5 ਬੰਦੇ ਆ ਜੀ। ਇਕੱਲੇ ਫੈਂਕੇ ਹੀ ਸੁੱਟਦੇ ਸੀ ਜਾਂ ਕੋਈ ਲੁੱਟਾਂ ਖੋਹਾਂ ਵੀ ਕਰਦੇ ਸੀ? ਇਹ ਦੇਖੋ ਜੀ, ਜਿਹੜੇ ਇਹਦਾ ਮੁਖਬਰੀ 'ਤੇ ਪਰਚਾ, ਅਤੇ ਇਹ ਵਾਰਦਾਤ 'ਤੇ ਕੋਈ ਅੰਜਾਮ ਦੇਣ ਨੂੰ ਸੀ, ਲੁੱਟਾਂ ਖੋਹਾਂ ਵਾਲੀਆਂ ਵਾਰਦਾਤ ਨੂੰ ਅੰਜਾਮ ਦੇਣ ਦਾ ਹੀ ਸੀ ਸਾਡੇ ਕੋਲ ਜੋ ਜਾਣਕਾਰੀ ਆ। ਅਤੇ ਉਹਦੇ ਨਾਲ ਨਾਲ ਇਹ ਵੀ ਸਾਨੂੰ ਜਦੋਂ ਇਹਨਾਂ ਨੂੰ ਫੜਿਆ ਮਾਰੂ ਹਥਿਆਰਾਂ ਦੇ ਸਮੇਤ ਅਸੀਂ ਫੜਿਆ, ਮੋਟਰਸਾਈਕਲਾਂ 'ਤੇ ਫੜਿਆ, ਬੇਸਬਾਲ ਬੈਟ ਸੀ, ਕਾਪੇ ਸਨ, ਹੈ ਨਾ ਜੀ। ਅਤੇ ਫਿਰ ਜਦੋਂ ਉਹਨਾਂ ਨੂੰ ਫੜਿਆ ਅਤੇ ਇੱਕ ਇਹਨਾਂ ਕੋਲ ਫੈਂਕਾ ਵੀ ਅੰਦਰੋਂ ਮਿਲਿਆ, ਅਤੇ ਹੋ ਸਾਡੀ ਹੁਣ ਤਫਤੀਸ਼ ਜਾ ਰਹੀ ਹੈ ਕਿ ਇੱਕ ਵਾਰਦਾਤ ਦੇ ਨਾਲ ਨਾਲ ਫੈਂਕੇ ਵਾਲਾ ਵੀ ਹੋ ਸਕਦਾ ਜਿਹੜਾ, ਕਿਉਂਕਿ ਰਿਕਵਰੀ ਹੋਈ ਹੈ ਅਤੇ ਇਹ ਕੰਮ ਕਰਦੇ। ਜੇਲ੍ਹ ਪ੍ਰਸ਼ਾਸਨ ਦੇ ਨਾਲ ਨਾਲ ਰੀਕੋ ਪੁਲਿਸ ਕੀ ਕਾਰਵਾਈ ਹੁਣ ਅਮਲ ਦੇ ਵਿੱਚ ਲਿਆ ਰਹੀ ਹੈ ਕਿ ਜਿਹੜੇ ਫੈਂਕੇ ਆ ਜੇਲ੍ਹ ਦੇ ਅੰਦਰ ਬਾਹਰੋਂ ਜਾਂਦੇ ਨੇ ਤਾਂ ਉੱਥੇ ਕੋਈ ਰੋਕ ਲੱਗ ਸਕਦੀ? ਇਹਦਾ ਜੀ, ਇੱਕ ਤਾਂ ਅਸੀਂ ਜਿੱਦਾਂ DSP ਸਾਡੇ ਨਾਲ ਫਰੀਦਕੋਟ ਖਲੋਤੇ ਨੇ, ਆਪ ਖੁਦ ਇਹਨਾਂ ਦੀ ਨਿਗਰਾਨੀ ਹੇਠ ਇਹਨਾਂ ਨੇ PCR ਦੀ ਅਤੇ ਥਾਣੇ ਦੀ ਗਸ਼ਤ ਵਧਾਈ ਹੋਈ ਹੈ, ਜਿਸ ਕਿ ਕੱਲ੍ਹ ਵੀ ਉਹ ਅਤੇ ਫਿਰ ਸਾਨੂੰ ਇਹ ਗਸ਼ਤ ਵਧਾ ਕੇ ਤਾਂ ਜੋ ਫੈਂਕੇ ਨਾ ਹੋ ਸਕਣ ਅਤੇ ਸਾਨੂੰ ਜਿਹੜੀ ਕੋਈ ਚੀਜ਼ ਹੈ ਇਹ ਬਰਾਮਦ ਹੋਵੇ, ਇਸੇ ਚੱਕਰ ਦੇ ਚੱਲਦੇ ਜਿਹੜੇ ਗਸ਼ਤ ਵੀ ਕਰਦੇ ਰਹਿੰਦੇ ਨੇ। ਕੱਲ੍ਹ ਫਿਰ ਜਦੋਂ ਮੁਖਬਰੀ ਹੋਈ ਹੈ ਅਤੇ ਅਸੀਂ ਇਹ ਗਰੁੱਪ ਫੜਿਆ, ਪਹਿਲਾਂ ਵੀ ਇਹਨਾਂ ਨੇ ਸਿਟੀ ਫਰੀਦਕੋਟ ਵਾਲਿਆਂ ਨੇ ਫੈਂਕੇ ਪਹਿਲਾਂ ਵੀ ਅਸੀਂ ਫੜੇ ਹੋਏ।